ਕਦੇ ਸਮਾਂ ਸੀ ਕਿ ਪ੍ਰਾਤਨ ਲੋਕ ਸਰਬ ਲੋਹ ਦੇ ਬਰਤਨ ਵਰਤਿਆ ਕਰਦੇ ਸਨ। ਜੇਕਰ ਕਿਸੇ ਕੋਲ ਸਰਬ ਲੋਹ ਦੇ ਬਰਤਨ ਖਰੀਦਣ ਦੀ ਪਹੁੰਚ ਨਹੀਂ ਸੀ, ਉਹ ਲੋਕ ਮਿੱਟੀ ਦੇ ਪੱਕੇ ਭਾਂਡੇ ਵਰਤਦੇ ਸਨ ਜਾਂ ਕੁਝ ਹੋਰ ਧਾਤਾਂ ਦੇ ਬਣੇ ਜਿਵੇਂ ਪਿੱਤਲ, ਤਾਂਬਾ ਤੇ ਕਹਿ। ਤੇ ਇਹ ਗੱਲ ਪੱਕੀ ਹੈ, ਕੋਈ ਮੰਨੇ ਜਾਂ ਨਾ ਮੰਨਣ ਨਾਲ ਫਰਕ ਨਹੀਂ ਪੈਂਦਾ। ਪ੍ਰਾਤਨ ਲੋਕ ਤੰਦਰੁਸਤ ਤੇ ਸ਼ਕਤੀਸ਼ਾਲੀ ਸਨ। ਇਹ ਗੱਲ ਪੱਕੀ ਹੈ, ਕੋਈ ਮੰਨੇ ਜਾਂ ਨਾ ਮੰਨਣ ਦਾ ਫਰਕ ਨਹੀਂ ਪੈਂਦਾ। ਪ੍ਰਾਤਨ ਲੋਕ ਤੰਦਰੁਸਤ ਤੇ ਸ਼ਕਤੀਸ਼ਾਲੀ ਸਨ। ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਸਰੀਰਕ ਰੋਗ ਤਕਲੀਫ ਦੇਣ ਵਾਲੀਆਂ ਬਿਮਾਰੀਆਂ ਨਹੀਂ ਸਨ। ਸਰਬ ਲੋਹ ਦੇ ਬਰਤਨ ਗੁਰੂ ਸਾਹਿਬਾਨ ਜੀ ਦੇ ਸਮੇਂ ਵਿੱਚ ਗੁਰੂ ਘਰਾਂ ਵਿੱਚ ਵਰਤੇ ਜਾਂਦੇ ਸਨ ਤੇ ਅੱਜ ਵੀ ਦਲ ਪੰਥਾਂ ਵਿੱਚ ਸਰਬ ਲੋਹ ਦੇ ਬਰਤਨ ਵਰਤੇ ਜਾਂਦੇ ਹਨ। ਪਰ ਅਸਾਂ ਆਪਣੇ ਘਰਾਂ ਤੇ ਗੁਰੂ ਘਰਾਂ ਵਿੱਚੋਂ ਲੋਹੇ ਦੇ ਬਰਤਨਾਂ ਦਾ ਤਿਆਗ ਕਰ ਦਿੱਤਾ ਹੈ। ਲੋਹੇ ਦੇ ਬਰਤਨਾਂ ਦਾ ਅਸੀਂ ਤਿਆਗ ਉਸ ਸਮੇਂ ਕੀਤਾ ਜਦੋਂ ਸਟੀਲ ਦੇ ਭਾਂਡਿਆਂ ਨੇ ਸਾਡੀ ਚੌਕੜ ਤੇ ਦਸਤਕ ਦਿੱਤੀ। ਕਾਰਨ ਇਹ ਬਣਿਆ ਕਿ ਸਟੀਲ ਦੀ ਸਾਫ਼ ਸਫਾਈ ਬਹੁਤ ਸੌਖੀ ਸੀ ਤੇ ਲੋਹੇ ਦੇ ਬਰਤਨਾਂ ਦੀ ਸਾਂਭ ਸੰਭਾਲ ਸਮਾਂ ਵੱਧ ਲੈਂਦੀ ਸੀ। ਅੱਜ ਵੀ ਸਰੀਰਕ ਤੌਰ ਤੇ ਮੁਸੀਬਤਾਂ ਵਿੱਚ ਘਿਰੇ ਹੋਏ ਸਟੀਲ ਨੂੰ ਸ਼ਾਨ ਸਮਝਦੇ ਹਨ ਤੇ ਜੋ ਸਾਡੀ ਵਿਰਾਸਤ ਸਰਬ ਲੋਹ ਹੈ ਉਸ ਨੂੰ ਅਪਣਾਉਣ ਲਈ ਤਿਆਰ ਨਹੀਂ ਹਾਂ। ਦੇਖਣ ਨੂੰ ਮਿਲਦਾ ਹੈ ਕਿ ਲੋਕਾਂ ਨੇ ਪਿੱਤਲ, ਤਾਂਬਾ, ਕਹਿ ਵਰਤਣਾ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਜਦੋਂ ਸਰੀਰ ਵਿੱਚ ਇਹਨਾਂ ਧਾਤਾਂ ਦੀ ਘਾਟ ਆਉਂਦੀ ਹੈ ਤੇ ਫਿਰ ਇਹ ਬਰਤਨਾਂ ਦੇ ਜਾਂ ਕਿਸੇ ਹੋਰ ਰੂਪ ਵਿੱਚ ਧਾਤਾਂ ਵਰਤੀਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਇੱਕ ਆਮ ਤੇ ਖਾਸ ਧਾਤ ਸਰਬ ਲੋਹ ਹੈ। ਕਿਰਪਾਲ ਸਿੰਘ ਸ਼ਿਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ। ਖੁਸ਼ੀ ਇਹ ਹੋਵੇਗੀ ਕਿ ਆਪਣੀਆਂ ਜਿਹੜੀਆਂ ਪੁਰਾਤਨ ਚੀਜ਼ਾਂ ਸਨ ਜਿਹੜੇ ਸਾਡੇ ਵੱਡ ਵਡੇਰੇ ਅਤੇ ਬਜ਼ੁਰਗ ਅਤੇ ਜਥੇਦਾਰ ਵਰਤਦੇ ਰਹੇ ਨੇ ਸਰਬ ਲੋਹ, ਉਹ ਅੱਜ ਫਿਰ ਸੰਗਤਾਂ ਦੇ ਵਿੱਚ ਭੇਜਣ ਵਾਸਤੇ ਅੰਮ੍ਰਿਤਸਰ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਭਾਟੀਆ ਕੁਕਾਰਾਂ ਵਾਲਾ ਉਹਨਾਂ ਨੇ ਆਪਣੀ ਫੈਕਟਰੀ ਲਾ ਲਈ ਹੈ। ਬੜੀ ਖੁਸ਼ੀ ਹੋਈ ਹੈ। ਲੋੜ ਸੀ ਇਸ ਚੀਜ਼ ਦੀ। ਕੁੱਕਰ ਤਿਆਰ ਕੀਤਾ ਗਿਆ। ਇਸ ਕੁੱਕਰ ਵਿੱਚ ਜਿੱਦਾਂ ਦੀ ਮਰਜ਼ੀ ਦਾਲ ਸੋਜੀ ਤੁਸੀਂ ਬਣਾ ਸਕਦੇ ਹੋ। ਸਰਬ ਲੋਹ ਦਾ ਬਾਟਾ ਮਸ਼ੀਨੀ ਤਿਆਰ ਕੀਤਾ ਗਿਆ, ਦੇਗ ਵਰਤਾਉਣ ਵਾਸਤੇ, ਦੇਗ ਬਣਾ ਕੇ ਸਤਿਗੁਰਾਂ ਵਾਸਤੇ ਰੱਖਣ ਵਾਸਤੇ। ਘਰ ਵਿੱਚ ਤਵੇ ਦੀ ਲੋੜ ਹੈ, ਆਪਣੇ ਪ੍ਰਸ਼ਾਦੇ ਸਰਬ ਲੋਹ ਤਵੇ 'ਤੇ ਪਕਾ ਕੇ ਛੱਕ ਸਕਦੇ ਹੋ। ਆ ਤੜਕਾ ਲਾਉਣ ਵਾਸਤੇ ਬੜਾ ਵਧੀਆ ਯਤਨ ਤਿਆਰ ਕੀਤਾ ਗਿਆ ਬਰਤਨ, ਇਹ ਸੰਗਤਾਂ ਤੱਕ ਪਹੁੰਚਾਉਣਾ ਹੈ ਕਿ ਇੱਥੋਂ ਆਣ ਕੇ ਸਸਤੇ ਰੇਟ ਦੇ ਵਿੱਚ, ਕੋਈ ਮਹਿੰਗੇ ਨਹੀਂ ਕਿਉਂਕਿ ਇਹਨਾਂ ਦੀ ਆਪਣੀ ਫੈਕਟਰੀ ਹੈ। ਇਹ ਕੜਛੀਆਂ ਤਿਆਰ ਕੀਤੀਆਂ ਗਈਆਂ ਨੇ ਫਰੂਟ ਖਾਣ ਵਾਸਤੇ, ਚਮਚੇ ਤਿਆਰ ਕੀਤੇ ਗਏ ਨੇ ਪ੍ਰਸ਼ਾਦਾ ਛਕਣ ਵਾਸਤੇ, ਦਾਲ, ਸਬਜ਼ੀ, ਚੌਲ, ਕੜਾਹ ਪ੍ਰਸ਼ਾਦ ਚਮਚੇ ਤਿਆਰ ਕੀਤੇ ਗਏ ਨੇ। ਆਹ ਥਾਲ ਵੀ ਤਿਆਰ ਕਰ ਦਿੱਤਾ ਗਿਆ, ਜਿਹੜੇ ਸਟੀਲ ਦੇ ਥਾਲ ਸਨ ਉਹਨਾਂ ਨੂੰ ਆਪਾਂ ਭੁੱਲ ਜਾਣਾ ਹੈ। ਸਰਬ ਲੋਹ ਦੇ ਥਾਲ ਆਪਾਂ ਘਰਾਂ ਵਿੱਚ ਵਰਤਣੇ ਨੇ ਮਰਜ਼ਾਦਾ ਹੈ। ਆਹ ਥਾਲ ਜਿਹਦੇ ਵਿੱਚ ਸਾਰੀਆਂ ਯਾਨੀ ਕਿ ਬਣਾਏ ਗਏ ਨੇ ਦਾਲ, ਚੌਲ, ਖੀਰ ਅਤੇ ਸਲਾਦ ਅਤੇ ਪ੍ਰਸ਼ਾਦੇ ਵੀ ਆਪਾਂ ਰੱਖ ਸਕਦੇ ਹਾਂ। ਇੱਕ ਪਰਾਤ ਗੋਲ ਥਾਲ ਤਿਆਰ ਕੀਤੇ ਗਏ ਨੇ। ਗੋਲ ਥਾਲ ਤਿਆਰ ਜੋ ਇਹ ਕੜਾਹੀ ਹੈ ਬੜੀ ਸੁੰਦਰ ਤੇ ਬਹੁਤ ਵਧੀਆ ਆਈਟਮਾਂ ਦੇਖ ਸਕਦੇ, ਜਿਵੇਂ ਗਲਾਸ ਆ, ਪਤੀਲਾ ਵਾ, ਇਹ ਸਾਰਾ ਇਹ ਜਿਹੜਾ ਅੱਜ ਜਿਵੇਂ ਸਾਈਜ਼ ਨੇ ਵੱਡੇ ਛੋਟੇ ਨੇ ਸਾਰੇ ਆਪਾਂ ਹੀਟਰ ਗੈਸ ਤੇ ਚੱਲਦੇ ਨੇ ਜੀ, ਯੂਜ਼ ਹੋਣ ਵਾਸਤੇ ਆਪਾਂ ਵੀ ਆਪਾਂ ਰੱਖ ਕੇ ਤਿਆਰ ਕਰ ਸਕਦੇ ਆ। ਇਹ ਸਾਰਾ ਕੁਝ ਜੀ ਤਿਆਰ ਹੋਇਆ ਹੈਗਾ, ਸਾਰਾ ਕੁਝ ਪਿਓਰ ਸਸਤੇ ਕੜਾਈ ਤਿਆਰ ਕੋਈ ਵੀ ਮਿਲਾਵਟ ਤਿਆਰ ਹੈ। ਠੀਕ ਹੈ ਜੀ, ਬਾਕੀ ਜਦੋਂ ਇਹ ਆਪ ਜੀ ਨੂੰ ਜਿਵੇਂ ਘੋੜਿਆਂ ਦੇ ਨਾਲ ਸਿਟੀ ਸੈਂਟਰ ਜਾਂ ਹੱਥਾਂ ਦੇ ਨਾਲ ਤਿਆਰ ਕਰਦੇ ਸਨ ਤੇ ਟਾਈਮ ਲੱਗਦਾ ਸੀ, ਇਹਨਾਂ ਨੇ ਆਪਣੀ ਫੈਕਟਰੀ ਲਾ ਲਈ ਹੈ। ਇਹਨਾਂ ਦੀ ਦੁਕਾਨ ਭੁੱਲਣੀ ਨਹੀਂ, ਇਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਂਦੇ ਹਾਂ। ਪਰਾਤ ਵੀ ਆ ਗਈ ਆਟਾ ਗੁੰਨਣ ਵਾਸਤੇ, ਇਹ ਪਰਾਤ ਜਿਹੜੀ ਹੈ ਸਰਬ ਲੋਹ ਦੀ ਹੈ। ਸਾਡੀਆਂ ਪ੍ਰਾਪਤ ਚੀਜ਼ਾਂ ਹੁਣ ਫਿਰ ਆ ਰਹੀਆਂ ਨੇ, ਜੇ ਤੁਸੀਂ ਇਹਨਾਂ ਨੂੰ ਵਰਤਾਂਗੇ ਤੇ ਮੇਰੇ ਹਿਸਾਬ ਨਾਲ ਕਈ ਬਿਮਾਰੀਆਂ ਸਰੀਰ ਵਿੱਚੋਂ ਦੂਰ ਹੋ ਸਕਦੀਆਂ ਨੇ। ਇੱਥੇ ਤੁਸੀਂ ਆਣ ਕੇ ਕੁਕਾਰ ਖਰੀਦ ਸਕਦੇ ਜੇ, ਤੁਸੀਂ ਚੌਰ ਸਾਹਿਬ ਖਰੀਦ ਸਕਦੇ ਸੀ, 3 ਫੁੱਟੀ ਕਿਰਪਾਨ, ਖੰਡਾ ਆਦਿ ਹੋਰ ਵੀ ਇੱਥੋਂ ਆਣ ਕੇ ਸਸਤੇ ਪਾ। ਤੁਸੀਂ ਇੱਕ ਵਾਰ ਆ ਜਾਓਗੇ, ਤੁਸੀਂ ਫਿਰ ਹੋਰ ਜਿਹੜੀਆਂ ਦੁਕਾਨਾਂ ਤੇ ਜਾਂਦੇ ਹੋਗੇ ਭੁੱਲ ਜਾਓਗੇ ਕਿਉਂਕਿ ਇਹ ਇਮਾਨਦਾਰੀ ਨਾਲ ਦੁਕਾਨ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜੋ ਸਾਰਾ ਸਮਾਨ ਤਿਆਰ ਕਰਾਇਆ ਸਰਬ ਲੋਹ ਦਾ, ਇਹ ਮਸ਼ੀਨਾਂ ਦੇ ਵਿੱਚ ਤਿਆਰ ਹੋਇਆ। ਹੱਥ ਦੀਆਂ ਵੀ ਕਈ ਆਈਟਮਾਂ ਨੇ ਜਿਹੜੀਆਂ ਹਜੇ ਤੱਕ ਮਸ਼ੀਨ ਦੇ ਵਿੱਚ ਨਹੀਂ ਤਿਆਰ ਹੋ ਸਕਦੀਆਂ। ਬਾਕੀ ਇਹ ਆ, ਤੁਸੀਂ ਇਹ ਆਈਟਮਾਂ ਦੇਖ ਸਕਦੇ, ਜਿਵੇਂ ਗਲਾਸ ਆ, ਪਤੀਲਾ ਵਾ, ਇਹ ਸਾਰਾ ਮਸ਼ੀਨੀ ਹੈ। ਵਿੱਚ 2 ਸਾਈਜ਼ ਨੇ, ਵੱਡੇ ਛੋਟੇ ਨੇ। ਚਾਹ ਬਣਾਉਣ ਵਾਸਤੇ ਪਤੀਲੀਆਂ, ਰੂਟੀਨ 'ਚ ਯੂਜ਼ ਹੋਣ ਵਾਸਤੇ ਆ, ਕੋਲੀ ਤਿਆਰ ਕੀਤੀ ਹੈ, ਥਾਲ ਤਿਆਰ ਹੋਇਆ ਜੀ, ਇਹ ਸਾਰਾ ਕੁਝ ਮਸ਼ੀਨੀ ਤਿਆਰ ਹੋਇਆ ਹੈਗਾ। ਸਾਰਾ ਕੁਝ ਪਿਓਰ ਸਰਬ ਲੋਹ ਦਾ, ਕੋਈ ਵੀ ਇਹ ਮਿਲਾਵਟ ਨਹੀਂ ਹੈ। ਠੀਕ ਹੈ।
ठीक है जी। बाकी बाबा जी ने आप जी ने जिवें दस्सिया साडी दुकान सिटी सेंटर भाटिया ककार एंटरप्राइजेज दुकान नंबर 116 सिटी सेंटर बस स्टैंड के कोल संगम सिनेमे की बैक साइड से है जी। बाकी तुसीं इह सानूं ऑनलाइन ऑर्डर भेज के अपने असीं डिलीवरी भी करते हैं देशों विदेशों में सारे पासे अं भेजीदा जी समान। वाहिगुरू जी का खालसा वाहिगुरू जी की फतेह जी।